ਸਤਿ ਸ੍ਰੀ ਅਕਾਲ ਡਾਕਟਰ ਸੰਤੋਖ ਸਿੰਘ ਚੰਡੀਗੜ੍ਹ ਤੋਂ। ਅੱਜ ਆਪਾਂ ਗੱਲ ਕਰਨੀ ਹੈ ਐਲੀਲਿਕ ਐਸਿਡ ਦੀ। ਐਲੀਲਿਕ ਐਸਿਡ ਮਤਲਬ AAAAEL ਐਲੀਲਿਕ ਐਸਿਡ। ਇਹਦੇ ਵਿੱਚ ਕੈਮਿਸਟਰੀ ਜਿਹੜੇ ਜਾਣਦੇ ਨੇ C6 ਹਾਈਡਰੋਜਨ 10 ਨੇ ਅਤੇ ਸਲਫਰ 1 ਹੈ। ਸਲਫਰ ਜਿਹੜਾ 1 ਹੈਗਾ ਨਾ, ਇਹ ਕੀ ਕਰਦਾ, ਇਹ ਬੋਡੀ ਦੇ ਵਿੱਚ ਮੂਟੇਸ਼ਨ ਨੂੰ ਰੋਕਦਾ, ਬੋਡੀ ਦੇ ਵਿੱਚ ਬਦਲਾਵ ਨੂੰ ਰੋਕਦਾ। ਬਦਲਾਵ ਦਾ ਮਤਲਬ ਹੁੰਦਾ ਕੈਂਸਰ, ਜਾਂ ਬੋਡੀ ਦੇ ਸੈੱਲ ਜਿਹੜੇ ਆਪਣੇ ਵਿੱਚ ਬਦਲਾਵ ਲੈ ਕੇ ਆਉਂਦੇ ਆ, ਉਹ ਕੈਂਸਰ ਸੈੱਲ ਕਹਿ ਦਿੰਦੇ ਆ, ਹੈ ਨਾ। ਅਤੇ ਇਹ ਐਲੀਲਿਕ ਐਸਿਡ ਜਿਹੜਾ ਇੰਨਾ ਸਟਰੋਂਗ ਪੋਟੈਂਟ ਜਿਹੜਾ ਹੈਗਾ ਹੈ, ਇਹ ਕਿੱਥੇ ਮਿਲਦਾ ਹੈ? ਸੁਣੋ, ਮੈਂ ਦੱਸਦਾ ਤੁਹਾਨੂੰ ਮੈਂ ਹੁਣੇ ਕਿ ਇਹ ਐਲੀਲਿਕ ਐਸਿਡ ਨੈੱਟ ਸਰਚ ਕਰ ਲਓ, ਅਤੇ ਇਹ ਗਿਆਨ ਮੈਂ ਤੁਹਾਨੂੰ ਦੇ ਰਿਹਾ ਹੈ ਕਿ ਆਪਾਂ ਗਿਆਨ ਦੇ ਨਾਲ ਰਹਿਣਾ ਹੈ, ਬਿਮਾਰੀ ਤੋਂ ਡਰਨਾ ਨਹੀਂ, ਬਿਮਾਰੀ ਨਾਲ ਲੜਨਾ ਹੈ, ਪੁਰਾਣਾ ਡਾਇਲਗ। ਅਤੇ ਐਲੀਲਿਕ ਐਸਿਡ ਦੇ ਵਿੱਚ ਸਲਫਰ ਹੁੰਦਾ ਹੈ C6H10S। ਹੁਣ ਇਹ ਮਿਲਦਾ ਕਿੱਥੋਂ ਹੈ, ਇਹ ਮੈਂ ਤੁਹਾਨੂੰ ਬਾਅਦ ਚੋਂ ਦੱਸੂੰਗਾ, ਪਹਿਲੇ ਇਹਦੀ ਖੂਬੀਆਂ ਸੁਣ ਲਓ। ਇਹ ਮੂਟੇਸ਼ਨ ਨੂੰ ਰੋਕਦਾ ਹੈ। ਕੋਈ ਵੀ ਸੈੱਲ ਹੈਗਾ, ਉਹ ਸਕਿਨ ਦਾ ਸੈੱਲ ਹੈਗਾ, ਸਕਿਨ ਬਣਾ ਰਿਹਾ, ਠੀਕ ਠੀਕ ਠੀਕ। ਅਗਰ ਸਕਿਨ ਦੇ ਵਿੱਚ ਉਹ ਕੁਛ ਹੋਰ ਚੀਜ਼ ਬਣਾਉਣ ਲੱਗ ਜਾਵੇ ਤਾਂ ਉਹਨੂੰ ਕੈਂਸਰ ਕਹਿ ਦਿੰਦੇ ਆ। ਹੁਣ ਟਿਊਮਰ ਹੈ ਸਰੀਰ ਦੇ ਵਿੱਚ, ਕੋਈ ਵੀ ਸੈੱਲ ਹੈਗਾ, ਪੈਨਕ੍ਰੀਆਸ ਦੇ ਵਿੱਚ ਕੈਂਸਰ ਹੋ ਜਾਂਦਾ ਹੈ, ਕਿਤੇ ਵੀ ਕੈਂਸਰ ਹੋ ਜਾਂਦਾ ਹੈ, ਉਹ ਮੂਟੇਸ਼ਨ ਹੁੰਦੀ ਹੈ, ਉਹਨੂੰ ਮੂਟੇਸ਼ਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ, ਅਤੇ ਅਸੀਂ ਇਹਨੂੰ ਪੰਜਾਬੀ 'ਚ ਬਦਲਾਵ ਕਹਿ ਸਕਦੇ ਹਾਂ, ਜਾਂ ਐਂਟੀ ਕਾਰਸੀਨੋਜੈਨਿਕ ਕਹਿ ਦਿੰਦੇ ਹਾਂ। ਅਤੇ ਇਹਦੇ ਵਿੱਚ ਜਿਹੜਾ ਕੈਮੀਕਲ ਹੈਗਾ, ਜਿਹੜਾ ਰੋਲ ਪਲੇ ਕਰਦਾ, ਕੁਦਰਤੀ ਤੌਰ 'ਤੇ ਰੱਬ ਨੇ ਬਣਾਇਆ ਸੀ ਕਿ ਤੁਸੀਂ ਇਹ ਮਸਾਲਿਆਂ 'ਚ ਪਾ ਕੇ ਖਾਇਆ ਕਰੋ, ਅਤੇ ਅਸੀਂ ਮਹਿੰਗਾ ਦੇਖ ਕੇ ਛੱਡ ਦਿੰਦੇ ਹਾਂ ਕਈ ਵਾਰੀ ਨਹੀਂ ਵੀ ਪਾਉਂਦੇ ਹਾਂ, ਜਾਂ ਕਈ ਸਾਡੇ ਹਿੰਦੂ ਭਰਾ ਹੈਗੇ ਆ ਇਹਨੂੰ ਤਾਮਸੀ ਭੋਜਨ ਕਹਿ ਦਿੰਦੇ ਆ। ਉਹ ਹੈਗੀ ਹੈ ਜੀ ਲਸਣ, ਗਾਰਲਿਕ। ਗਾਰਲਿਕ ਦੇ ਵਿੱਚ ਐਲੀਲਿਕ ਐਸਿਡ ਮਿਲਦਾ ਹੈ, ਇਹ ਸਾਡੇ ਮੂਟੇਸ਼ਨ ਨੂੰ ਰੋਕਦਾ ਹੈ, ਇਹ ਸਾਡੀ ਕਾਰਸੀਨੋਜੈਨਿਕ ਜਿੰਨੀ ਵੀ ਸਾਡੇ ਸਰੀਰ ਦੇ ਵਿੱਚ ਗਤੀਵਿਧੀਆਂ ਹੋ ਰਹੀਆਂ ਨੇ ਜਿਹਦੇ ਨਾਲ ਕੈਂਸਰ ਪਨਪਦਾ ਹੈ, ਉਹਨੂੰ ਰੋਕਦਾ ਹੈ। ਐਂਟੀ ਆਕਸੀਡੈਂਟ ਹੈ, ਬਹੁਤ ਸਟਰੋਂਗ ਐਂਟੀ ਆਕਸੀਡੈਂਟ ਹੈ। ਲਸਣ ਦੱਬ ਕੇ ਖਾਇਆ ਕਰੋ, ਭੁੰਨ ਕੇ ਖਾਇਆ ਕਰੋ, ਸਿੱਧਾ ਪਾ ਕੇ ਖਾਇਆ ਕਰੋ, ਸਟੀਮ ਦੇ ਕੇ ਖਾਇਆ ਕਰੋ, ਉਂਝ ਹੀ ਖਾ ਲਿਆ ਕਰੋ, ਅਤੇ ਬਚਣਾ ਬਿਮਾਰੀ ਤੋਂ ਖਾਣਾ ਹੀ ਪੈਣਾ। ਅਤੇ ਇੱਕ ਚੀਜ਼ ਯਾਦ ਰੱਖਿਓ, ਕੈਂਸਰ ਨੂੰ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਖਾ ਪੀ ਕੇ। ਟ੍ਰੀਟਮੈਂਟ ਬਹੁਤ ਔਖੀ ਹੈ, ਟ੍ਰੀਟਮੈਂਟ ਬਣ ਗਈਆਂ ਨੇ ਐਲੋਪੈਥੀ ਦੇ ਵਿੱਚ, ਉਹ ਬਹੁਤ ਅੱਛੀ ਗੱਲ ਹੈ, ਲੇਕਿਨ ਜਿਹੜੀ ਆਪਾਂ ਨਿਊਟ੍ਰੀਸ਼ਨ ਦੇ ਵਿੱਚ ਜਾਂ ਆਯੁਰਵੇਦਾ ਦੇ ਵਿੱਚ ਅਸੀਂ ਬਿਮਾਰੀ ਤੋਂ ਬਚਾਵ ਜਿਹੜਾ ਹੈਗਾ, ਉਹੀ ਚੀਜ਼ ਹੈਗੀ ਹੈ। ਆਪਾਂ ਕਹਿੰਦੇ ਨਹੀਂ ਹੈਗੇ ਕਿ ਜਿੱਥੇ ਆਪਾਂ ਸਾਵਧਾਨੀ ਹਟੀ ਦੁਰਘਟਨਾ ਘਟੀ, ਹੈ ਨਾ, ਉਹ ਵਾਲੀ ਗੱਲ ਹੁੰਦੀ ਹੈ। ਅਤੇ ਅਸੀਂ ਰੱਜ ਕੇ ਇਹ ਐਲੀਲਿਕ ਐਸਿਡ ਫਰੋਮ ਜਿਹੜਾ ਹੈਗਾ ਇਹ ਗਾਰਲਿਕ ਇਹ ਖਾਣਾ ਹੈ। ਅਤੇ ਇਹਦੇ ਵਿੱਚ ਹੋਰ ਤੁਹਾਨੂੰ ਮੈਂ ਹਾਂ, ਇਹਦੇ ਵਿੱਚ ਇੱਕ ਹੁੰਦਾ ਫੇਸ 2 ਇੰਜਾਈਮ। ਹੁੰਦਾ ਕੀ ਹੈ ਕਿ ਜਦ ਵੀ ਆਪਾਂ ਕੁਛ ਜਦ ਕੋਈ ਬੈਕਟੀਰੀਆ ਜਾਂ ਫੰਗਸ ਜਾਂ ਵਾਇਰਸ ਸਾਡੇ ਸਰੀਰ 'ਚ ਵੜਦਾ ਹੈ ਨਾ, ਉਹ ਕੁਝ ਚੇਂਜਸ ਲੈ ਕੇ ਆਉਂਦਾ ਸਾਡੀ ਬੋਡੀ ਦੇ ਵਿੱਚ। ਇਹ ਜਿਹੜਾ ਐਲੀਲਿਕ ਐਸਿਡ ਹੈਗਾ ਨਾ, ਇਹ ਫੇਸ 2 ਇੰਜਾਈਮ, ਨੈੱਟ 'ਤੇ ਪਾ ਕੇ ਦੇਖਣਾ, PHASE ਫੇਸ 2 ਇੰਜਾਈਮ। ਇਹ ਫੇਸ 2 ਇੰਜਾਈਮ ਜਿਹੜੇ ਹੈਗੇ ਨੇ ਨਾ, ਇਹ ਸਾਡੇ ਇਹ ਕੈਂਸਰ ਨੂੰ ਰੋਕਣ ਵਾਸਤੇ ਇਹ ਇੰਜਾਈਮ ਬਣਦੇ ਨੇ, ਠੀਕ ਹੈ। ਇਹ ਫੇਸ 2 ਇੰਜਾਈਮ ਨੂੰ ਬਣਾਉਂਦਾ ਹੈ ਐਲੀਲਿਕ ਐਸਿਡ। ਮਿਲਦਾ ਕਿੱਥੋਂ ਹੈ? ਲਸਣ ਤੋਂ। ਅੱਛਾ, ਐਲੀਲਿਕ ਐਸਿਡ ਕੈਮੀਕਲ 'ਤੇ ਵੀ ਮਿਲਦਾ ਹੈ, ਕੈਮੀਕਲ ਲੈਬ ਦੇ ਵਿੱਚ ਬਣ ਚੁੱਕਿਆ ਹੈ, ਉਹਨੂੰ ਅਸੀਂ ਸੁੰਘਾਂਗੇ, ਲਸਣ ਦੀ ਪੂਰੀ ਉਹ ਖੁਸ਼ਬੂ ਆਉਂਦੀ ਹੈ, ਜਾਂ ਤੁਸੀਂ ਜੋ ਮਰਜ਼ੀ ਬੋਲੋ ਕਿ ਸਮੈਲ ਆਉਂਦੀ ਹੈ, ਉਸ ਤਰੀਕੇ ਦੀ ਆਉਂਦੀ ਹੈ। ਅਤੇ ਆਪਾਂ ਐਲੀਲਿਕ ਐਸਿਡ ਜਿਹੜਾ ਕੈਮੀਕਲ ਬਣਦਾ ਉਹ ਨਹੀਂ ਖਾਣਾ,
ਅਸੀਂ ਲਸਣ ਦੀ ਪੂਰੀਆਂ ਖਾਣੀਆਂ ਨੇ, ਲਸਣ ਦੀਆਂ ਪੂਰੀਆਂ ਭੁੰਨ ਕੇ ਵੀ ਖਾ ਸਕਦੇ ਹਾਂ, ਬਹੁਤ ਅੱਛਾ। ਉਹ ਭੁੰਨ ਕੇ ਖਾਵਾਂਗੇ ਤਾਂ ਉਹ ਵਿਟਾਮਿਨ ਸਮਰਾਈਜ਼ ਕਰਨਾ ਕਿ B1 ਜਿਹੜਾ ਹੈਗਾ ਥਾਇਮੀਨ ਉਹ ਬਣ ਜਾਂਦਾ ਹੈ, ਬੈਨਫੋਟੀਆਮੀਨ, ਹੈ ਨਾ। ਅਗਰ ਆਪਾਂ ਕੈਂਸਰ ਲਈ ਇਹ ਵਾਸਤੇ ਖਾਣਾ ਹੈ ਲਸਣ, ਤਾਂ ਆਪਾਂ ਸਿੱਧਾ ਖਾ ਸਕਦੇ ਹਾਂ, ਅਤੇ 4 ਜਾਂ 5 ਛੋਟੀਆਂ ਪੂਰੀਆਂ ਆਪਾਂ ਰੋਜ਼ ਸਵੇਰੇ ਨਿਰਣੇ ਕਾਲ 'ਚ ਆਪਾਂ ਖਾ ਸਕਦੇ ਨੇ। ਹੋਰ ਕੁਛ ਪੁਆਇੰਟ ਤਾਂ ਨਹੀਂ ਰਹਿ ਗਿਆ? ਕੋਈ ਪੁਆਇੰਟ ਨਹੀਂ ਰਹਿ ਗਿਆ। ਇਹ ਟੋਕਸਿਸ ਨੂੰ ਬਚਾਉਂਦਾ ਹੈ, ਇਹ ਮਤਲਬ ਕਹਿਣ ਦਾ ਮਤਲਬ ਹੈਗਾ ਕਿ ਤੁਹਾਨੂੰ ਇਹ ਚੀਜ਼ ਸਮਝਾਈ ਹੈ ਕਿ ਲਸਣ ਆਪਾਂ ਕਹਿੰਦੇ ਨਾ ਖਾਣਾ ਹੈ, ਆਪਾਂ ਖਾਂਦੇ ਨਹੀਂ। ਜਦ ਤੱਕ ਪੰਜਾਬੀਆਂ ਨੂੰ ਨਾ ਸਮਝਾਓ ਨਾ ਕਿ ਕਿਉਂ ਖਾਣਾ ਹੈ, ਤਾਂ ਖਾਂਦੇ ਨੇ। ਅਤੇ ਮੈਂ ਕਿਉਂ ਦਾ ਤੁਹਾਨੂੰ ਮੈਂ ਜਵਾਬ ਦੇ ਰਿਹਾ, ਅੰਗਰੇਜ਼ੀ ਦੇ ਅੱਖਰ ਨੇ, ਐਲੀਲਿਕ ਐਸਿਡ, ਨੈਟ 'ਤੇ ਸਰਚ ਕਰ ਸਕਦੇ ਹੋ। ਮੇਰੀ ਵੀਡੀਓ ਹੋਰ ਬਣਦੀਆਂ ਰਹਿਣਗੀਆਂ। ਚੰਡੀਗੜ੍ਹ ਤੋਂ ਫਿਲਹਾਲ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।